ਇਸ ਵਕਤ ਅਸੀਂ ਮੌਜੂਦ ਹਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ, ਜਿੱਥੇ ਕਿ ਭਾਜਪਾ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚ ਰਹੇ ਨੇ ਅਤੇ ਇਹ ਉਹ ਪੰਡਾਲ ਹੈ ਜਿੱਥੇ ਕਿ ਇਹ BJP ਵੱਲੋਂ ਰੈਲੀ ਕੀਤੀ ਜਾਣੀ ਹੈ ਅਤੇ ਭਾਜਪਾ ਵਰਕਰ ਇਸ ਵਕਤ ਰਾਜਨਾਥ ਸਿੰਘ ਜੀ ਦੀ ਵੇਟ ਕਰ ਰਹੇ ਨੇ ਅਤੇ ਹਜੇ ਤੱਕ ਉਹ ਪਹੁੰਚੇ ਨਹੀਂ ਅਤੇ ਇੱਥੇ ਭਾਜਪਾ ਵਰਕਰ ਵੀ ਮੌਜੂਦ ਨੇ। ਰਾਜਨਾਥ ਸਿੰਘ ਜੀ ਵੀ ਕੁਝ ਦੇਰ ਦੇ ਵਿੱਚ ਇੱਥੇ ਪਹੁੰਚਣਗੇ, ਫਿਲਹਾਲ ਉਹ ਨਹੀਂ ਇੱਥੇ ਪਹੁੰਚੇ ਅਤੇ ਭਾਜਪਾ ਵਰਕਰਾਂ ਨਾਲ ਕੁਝ ਗੱਲਬਾਤ ਕਰ ਰਹੇ ਨੇ। ਭਾਜਪਾ ਦੇ ਆਗੂ ਹੈਗੇ ਸਾਡੇ ਨਾਲ, ਅਨਿਲ ਦੱਤ ਫੱਲੀ ਜੀ ਮੌਜੂਦ ਨੇ। ਫੱਲੀ, ਜਿਹੜੀ ਇਹ ਰੈਲੀ ਕੀਤੀ ਜਾ ਰਹੀ ਹੈ, ਮਕਸਦ ਕੀ ਇਹਦਾ? ਇਹਦਾ ਮਕਸਦ ਹੈ ਜੀ ਕਿ ਲੋਕ ਸਭਾ ਇਲੈਕਸ਼ਨ ਹੋ ਰਹੇ ਹੈ ਜੀ, ਔਰ ਸਾਡੇ ਜਿਹੜੇ ਕੈਂਡੀਡੇਟ ਗੇਜਾ ਰਾਮ ਜੀ, ਬਾਲਮਿਕੀ ਜੀ, ਉਹਨਾਂ ਨੂੰ ਵੋਟਾਂ ਪਵਾਉਣ ਲਈ ਜਾਂ ਉਹਨਾਂ ਨੂੰ ਪੁਸ਼ ਕਰਨ ਲਈ ਜਾਂ ਲੋਕਾਂ ਨੂੰ ਸਮਝਾਉਣ ਲਈ ਜਾਂ ਲੋਕਾਂ ਨੂੰ ਆਪਣੀਆਂ ਪੂਰੇ ਦੇਸ਼ ਦੀਆਂ ਸਕੀਮਾਂ ਦੱਸਣ ਲਈ ਕਿ ਸਾਡੇ ਭਾਰਤੀ ਜਨਤਾ ਪਾਰਟੀ ਨੇ ਅਸੀਂ ਕੀ ਕੀਤਾ ਹੈ। ਅੱਜ ਸਾਡੇ ਦੇਸ਼ ਦੇ ਡਿਫੈਂਸ ਮਿਨਿਸਟਰ ਸ਼੍ਰੀ ਰਾਜਨਾਥ ਸਿੰਘ ਜੀ ਆ ਰਹੇ ਨੇ, ਔਰ ਮੈਨੂੰ ਇੰਨਾ ਪਤਾ ਵੀ ਉਹ ਪੂਰੇ ਪੰਜਾਬ ਨੂੰ ਇਹ ਰੈਲੀ ਜਿਹੜੀ ਹੈ ਪੂਰੇ ਪੰਜਾਬ ਨੂੰ ਮੋਟਿਵ ਕਰੂਗੀ। ਔਰ ਮੈਂ ਤੁਹਾਨੂੰ ਇੱਕ ਵਾਅਦਾ ਕਰਦਾ ਕਿ ਪੰਜਾਬ ਦੇ ਅੰਦਰ ਇੰਨੀਆਂ ਵੋਟਾਂ ਪੈਣਗੀਆਂ ਕਿ ਜਿੰਨੀਆਂ ਅੱਜ ਤੱਕ BJP ਨੂੰ ਕਦੀ ਪਈਆਂ ਨਹੀਂ, ਮੋਦੀ ਸਾਹਿਬ ਦੇ ਨਾਂ ਦੇ ਉੱਤੇ ਔਰ ਭਾਰਤੀ ਜਨਤਾ ਪਾਰਟੀ ਦੇ ਕੰਮ ਨੂੰ ਜਿਹੜਾ ਹਿੰਦੁਸਤਾਨ 'ਚ ਹੋਇਆ, ਔਰ ਬਹੁਤ ਵੋਟਾਂ ਪੈਣਗੀਆਂ। ਲੋਕ ਦੇਖਣਗੇ ਵੀ ਇੰਨੀਆਂ ਵੋਟਾਂ ਕਦੀ ਪੰਜਾਬ 'ਚ ਕਿਸੇ ਨੂੰ ਪਈਆਂ ਨਹੀਂ। ਅਤੇ ਕਿਸਾਨਾਂ ਦੀ ਜਿਹੜੀ ਨਾਰਾਜ਼ਗੀ ਹੈ BJP ਦੇ ਲਈ ਪ੍ਰਤੀ, ਉਸ ਨੂੰ ਕਿਸ ਤਰੀਕੇ ਨਾਲ ਦੇਖਦੇ? ਦੇਖੋ, ਮੰਗ ਮੰਗਣਾ ਹਰ ਇੱਕ ਬੰਦੇ ਦਾ ਕੰਮ ਹੈ ਵੀ ਅਸੀਂ ਮੰਗ ਮੰਗਣੀ ਹੈ, ਪਰ ਉਹਨਾਂ ਮੰਗਣ ਦਾ ਤਰੀਕਾ ਗਲਤ ਹੈ। ਦੇਖੋ, ਮੈਂ ਕਹਿੰਦਾ ਵਿਰੋਧ ਕਰਨਾ ਤੁਹਾਡਾ, ਮੈਂ ਵੋਟਾਂ ਤੁਹਾਨੂੰ ਨਾ ਪਾਵਾਂ, ਲੋਕਾਂ ਨੂੰ ਕਹਾਂ ਵੀ ਵੋਟਾਂ ਨਾ ਪਾਓ, ਪਰ ਇਹ ਨਹੀਂ ਕਿ ਅਸੀਂ ਵਪਾਰੀਆਂ ਨੂੰ ਜਾਂ ਆਮ ਜਨਤਾ ਨੂੰ ਸੜਕਾਂ ਰੋਕ ਕੇ ਤੰਗ ਕਰੀਏ ਔਰ ਕੈਂਡੀਡੇਟਾਂ ਨੂੰ ਕੁੱਟੀਏ ਮਾਰੀਏ। ਇਹਦੇ ਨਾਲ ਸਾਡੇ ਜਿਹੜੇ ਵੋਟਾਂ 'ਚ ਵਾਧਾ ਹੋਇਆ, ਕਿਉਂਕਿ ਆਮ ਜਨਤਾ ਕਿਸਾਨਾਂ ਦੇ ਨਾਲ ਵੀ ਨਾਰਾਜ਼ ਹੈ, ਕਿਉਂਕਿ ਵਪਾਰ ਵੀ ਤੰਗ ਹੋ ਗਿਆ, ਮਜ਼ਦੂਰ ਵੀ ਤੰਗ ਹੈ, ਸੜਕਾਂ ਬੰਦ ਹੈ, ਬੱਸਾਂ ਲੋਕਾਂ ਦੇ ਵੱਧ ਰਹੇ, ਇਸ ਕਰਕੇ ਕਿਸਾਨਾਂ ਦੀ ਜਿਹੜੀ ਮੂਵਮੈਂਟ ਹੈ ਉਹ ਇਸ ਤਰ੍ਹਾਂ। ਦੇਖੋ, ਮੰਗ ਮੰਗਣਾ ਕਿਸਾਨਾਂ ਫਰਜ਼ ਹੈ, ਲੇਕਿਨ ਤਰੀਕਾ ਗਲਤ ਹੈ। ਹਾਂਜੀ, ਅਸੀਂ ਵੀ ਸਾਥ ਦਿੱਤਾ, ਲੇਕਿਨ ਹੁਣ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਨੇ ਜਿਹੜਾ ਵਿਰੋਧ ਕੀਤਾ, ਉਹਦਾ ਪੰਜਾਬ ਦੇ ਅੰਦਰ ਸਾਨੂੰ ਫਾਇਦਾ ਜਾਊ, ਨੁਕਸਾਨ ਨਹੀਂ ਜਾਂਦਾ। ਅਤੇ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ ਰੈਲੀ ਦੇ ਵਿੱਚ, ਜਿਸ ਤਰ੍ਹਾਂ ਹਜੇ ਕੁਰਸੀਆਂ ਥੋੜ੍ਹੀਆਂ ਕੁਝ ਖਾਲੀ ਆ, ਉਹਦਾ ਕੀ ਕਾਰਨ ਮੰਨਦੇ ਹੋ? ਰੈਲੀ ਮੈਂ ਜੋ ਅਭੀ ਰੈਲੀ ਹੋ ਰਹੀ ਹੈ, ਇਸ ਮੈਂ ਕੁਰਸੀਆਂ ਕੁਝ ਖਾਲੀ ਹੈ, ਵਜ੍ਹਾ ਕਿਆ ਮੰਨਦੇ? ਅਜੇ ਤਾਂ ਉੱਥੇ ਲੋਕ ਆ ਰਹੇ ਨੇ, ਉਹਦਾ ਤਾਂ ਕੋਈ ਨਹੀਂ, ਲੋਕ ਤਾਂ ਬਹੁਤ ਦੂਰੋਂ ਦੂਰੋਂ ਆ ਰਹੇ ਨੇ, ਫਤਿਹਗੜ੍ਹ ਸਾਹਿਬ ਤੋਂ ਆ ਰਹੇ ਨੇ, ਅਸੀਂ ਆਪ ਮੈਡੀਕਲ ਵਿੰਗ ਦੇ ਸਾਰੀ ਨਰੇਸ਼ ਜੀ ਵੀ ਸਾਰੇ ਡਾਕਟਰ ਸਾਹਿਬ ਸੀਗੇ, ਅਤੇ ਸਪੈਸ਼ਲੀ ਨਰੇਸ਼ ਜੀ ਨੇ ਸਾਰੇ ਪੰਜਾਬ 'ਚ ਮੈਡੀਕਲ ਵਿੰਗ ਨੂੰ ਵੀ ਔਰਗਨਾਈਜ਼ ਕੀਤਾ, ਅਤੇ ਅਸੀਂ ਡਾਕਟਰ ਹੋ ਕੇ ਆਪ ਮੋਦੀ ਜੀ ਨੂੰ ਸਪੋਰਟ ਕਰਦੇ ਹਾਂ, ਕਿਉਂਕਿ ਪੰਜਾਬ ਹੁਣ ਸਾਰੇ ਜਾਣਦੇ ਬਿਮਾਰੂ ਸਟੇਟ ਬਣ ਚੁੱਕੀ ਹੈ, ਇੰਨਾ ਬੁਰਾ ਹਾਲ ਹੋ ਗਿਆ ਪੰਜਾਬ ਦਾ, ਸਾਡੇ ਆਪਣੇ ਬੱਚੇ ਇਹਨਾਂ ਸਾਰਿਆਂ ਦੇ ਬਾਹਰ ਜਾ ਰਹੇ ਨੇ, ਅਤੇ ਬਾਹਰੋਂ ਮਾਈਗ੍ਰੈਂਟਸ ਆ ਕੇ ਪੰਜਾਬ ਤੋਂ ਸੈਟਲ ਹੋ ਰਹੇ ਨੇ, ਅਤੇ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਤਾਂ BJP ਦਾ ਆਉਣਾ ਬਹੁਤ ਹੀ ਲਾਜ਼ਮੀ ਹੈਗਾ, ਕਿਉਂਕਿ BJP ਸਿਰਫ ਹਿੰਦੂ ਪਾਰਟੀ ਨਹੀਂ, ਰਾਸ਼ਟਰੀ ਪਾਰਟੀ ਹੈ। ਤਾਂ ਤੁਸੀਂ ਦੇਖਿਆ ਭਾਜਪਾ ਵਰਕਰਾਂ ਵੱਲੋਂ ਇਸ ਰੈਲੀ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ, ਅਤੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਕੁਝ ਦੇਰ 'ਚ ਪਹੁੰਚਣਗੇ। ਗੁਰਦੀਪ ਸਿੰਘ, ਨਿਊਜ਼ 18, ਖੰਨਾ।